ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਪਾਣੀ ਦੇ ਹੱਥ ਪੈਰ ਨਹੀਂ ਹੁੰਦੇ, ਪਰ ਬੰਦੇ ਨੂੰ ਡੋਬ ਕੇ ਮਾਰਦਾ। ਜਿਹੜਾ ਬਿਜਲੀ ਦਾ ਬਿੱਲ ਆ ਨਾ, ਹੱਥ ਪੈਰ ਇਹਦੇ ਵੀ ਨਹੀਂ ਹੈਗੇ, ਪਰ ਸਾਡੀ ਸੰਗੀ 'ਤੇ ਅੰਗੂਠਾ ਰੱਖਿਆ, ਸਾਨੂੰ ਸਾਹ ਲੈਣਾ ਔਖਾ ਕੀਤਾ। ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ, ਜਿਹੜਾ ਜ਼ਰਈ ਜ਼ਮੀਨ ਦਾ ਟੈਕਸ ਆਉਂਦਾ ਨਾ ਸਾਲੀ ਬਸਾਲੀ, ਉਹ ਮੈਂ ਜਮ੍ਹਾਂ ਕਰਾਉਂਦਾ। ਫਿਰ ਜਿਹੜਾ ਨਹਿਰ ਦੇ ਪਾਣੀ ਦਾ ਮਾਮਲਾ, ਉਹ ਵੀ ਮੈਂ ਜਮ੍ਹਾਂ ਕਰਾਉਂਦਾ। ਫਿਰ ਕੁਛ ਸਪਰੇਅ, ਖਾਦ, ਮੈਂ ਕਹਿੰਦਾ ਇੱਕ ਮੱਛੀ ਟਾਫੀ ਵੀ ਲਈਏ ਨਾ, ਅਤੇ ਉਹਦੇ ਉੱਤੇ ਵੀ ਜਿਹੜਾ ਕੀਮਤ ਖਰੀਦ ਦੇ ਵਿੱਚ ਟੈਕਸ ਆ, ਉਹ ਵੀ ਅਸੀਂ ਦੇਈਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਹੜਾ ਟੈਕਸ ਰਹਿ ਗਿਆ ਸੀ ਵੀ ਜਿਹੜਾ ਇਹਨਾਂ ਨੇ ਸਾਨੂੰ ਬਿਜਲੀ ਦੇ ਬਿੱਲਾਂ 'ਚ ਪਾਇਆ। ਹੁਣ ਮੈਨੂੰ ਬਿਜਲੀ ਦਾ ਬਿੱਲ ਆਇਆ, ਤੂੰ ਉਹਦੇ 'ਤੇ ਟੈਕਸ ਪੜ੍ਹੇ, ਤੇਰਾ ਹਾਸਾ ਹੀ ਨਾ ਰੁਕੇ ਵੀ ਕੋਈ ਖਾਨਾ ਖਾਲੀ ਨਹੀਂ ਛੱਡਿਆ। ਕਿਤੇ ਟੈਕਸ ਲਿਖਿਆ, ਫਿਰ ਲਿਖਿਆ ਟੈਕਸ 'ਤੇ ਟੈਕਸ, ਫਿਰ ਫਰਦਰ ਟੈਕਸ, ਐਕਸਟਰਾ ਟੈਕਸ, ਮਜ਼ੀਦ ਟੈਕਸ। ਵੀ ਉਹਨਾਂ ਨੂੰ ਲਿਖਣ ਲੱਗੇ ਵੀ ਸ਼ਰਮ ਨਹੀਂ ਆਈ ਵੀ ਲਿਖੀ ਟੈਕਸ 70,000 ਰੁਪਈਆ ਬਿੱਲ ਆ, ਚਲੋ 45,000 ਰੁਪਈਆ ਜਿਹੜਾ ਬਿਜਲੀ ਦਾ ਇਹਨਾਂ ਨੇ ਰੇਟ ਵਧਾ ਕੇ ਪਾਇਆ ਵੀ 40 ਰੁਪਈਏ ਤੋਂ ਉੱਤੇ ਯੂਨਿਟ ਪੈਂਦਾ। ਉਹ ਜਿਹੜਾ ਬਿਜਲੀ ਦੀ ਕੀਮਤ ਆ ਜਿਹੜੀ ਮੈਂ ਸਾੜੀ ਹੈ, ਉਹ ਚਾਹੇ ਜਿੱਦਾਂ ਵੀ ਇਹਨਾਂ ਨੇ ਕੀਮਤ ਲਾਈ ਆ, ਉਹ ਔਖੇ ਸੌਖੇ ਅਸੀਂ ਜਮ੍ਹਾਂ ਕਰਾਉਂਦੇ। ਜਿਹੜਾ ਉੱਤੇ ਟੈਕਸ 25,000 ਲਾਇਆ, ਮੈਂ ਬੜੇ ਅਦਬ ਨਾਲ ਸਰਕਾਰ ਨੂੰ ਪੁੱਛਦਾ ਵੀ ਉਹ 25,000 ਉਹ ਕਾਹਦਾ ਟੈਕਸ ਰਹਿ ਗਿਆ ਸੀ, ਐਸੀ ਕਿਹੜੀ ਸਹੂਲਤ ਮੈਨੂੰ ਦਿੱਤੀ ਇਹਨਾਂ ਨੇ ਵੀ ਕੋਈ ਬਿਜਲੀ ਬੰਦ ਹੁੰਦੀ ਆ ਇਹ ਆ ਕੇ ਹੱਥ ਨਾਲ ਪੱਖੇ ਝੱਲਦੇ ਰਹੇ, ਮੈਂ ਤਾਂ ਪੱਖਾ ਵੀ ਨਹੀਂ ਚਲਾਉਂਦਾ, ਦਿਨੇ ਸਾਰੀ ਦਿਹਾੜੀ ਜਾਮਣ ਹੇਠ ਬਹਿਣਾ, ਅਤੇ 70,000 ਰੁਪਈਆ ਬਿੱਲ ਪਾਤਾ ਇਹਨਾਂ ਨੇ। ਉਹ ਮੈਂ ਦੱਸਦਾ ਵੀ ਇਹ ਕਾਹਦੇ ਪਾਏ, ਵੀ ਟੈਕਸ ਲੈਣਾ ਹੁੰਦਾ ਅਮੀਰਾਂ ਤੋਂ ਅਤੇ ਉਹ ਖਰਚਣਾ ਹੁੰਦਾ ਗਰੀਬਾਂ 'ਤੇ। ਹੁਣ ਅਮੀਰਾਂ ਕੋਲ ਟੈਕਸ ਤਾਂ ਇਹਨਾਂ ਤੋਂ ਲਿਆ ਨਹੀਂ ਗਿਆ, ਇਹਨਾਂ ਨੇ ਸੋਚਿਆ ਵੀ ਗਰੀਬਾਂ ਤੋਂ ਲੈਣੇ। ਹੁਣ ਗਰੀਬਾਂ 'ਤੇ ਕਾਨੂੰਨੀ ਤਰੀਕੇ ਨਾਲ ਟੈਕਸ ਲਾਗੂ ਨਹੀਂ ਹੁੰਦਾ, ਜਾਂ ਫਿਰ ਉਹਨਾਂ ਨੇ ਮਲਕ ਦੇਣੀ ਬਿੱਲਾਂ 'ਚ ਪਾ ਦਿੱਤਾ ਵੀ ਬਿੱਲ ਤਾਂ ਹਰ ਗਰੀਬ ਦੇ ਘਰ ਜਾਣਾ ਵੀ ਜਮ੍ਹਾਂ ਵੀ ਕਰਾਉਣਾ ਪੈਣਾ, ਉਹ ਬਿੱਲਾਂ ਦੇ ਵਿੱਚ ਪਾ ਦਿੱਤਾ ਟੈਕਸ। ਤੂੰ ਦੇਖ ਵੀ ਜਿਹੜੇ ਐਲਾਨ ਅਸੈਂਬਲੀ 'ਚ ਕਰਦੇ ਆ, ਜਿਹੜੇ ਤਾਂ ਸਾਡੇ ਫਾਇਦੇ ਦੇ ਐਲਾਨ ਸੀ, ਕੋਈ ਸਬਸਿਡੀ ਸੀ, ਕੋਈ ਬਿਲਾ ਸੂਦ ਕਰਦੇ ਸੀ, ਕੋਈ ਟਰੈਕਟਰ ਸੀ, ਸਾਡੇ ਤੱਕ ਕੋਈ ਪੋਲਿਸੀ ਹਾਲੇ ਤੱਕ ਨਹੀਂ ਪਹੁੰਚੀ ਬਜਟ ਦੇ ਐਲਾਨਾਂ 'ਤੇ, ਅਤੇ ਜਿਹੜੇ ਉਹਨਾਂ ਦੇ ਆਪਣੇ ਫਾਇਦੇ ਦੇ ਐਲਾਨ ਸੀ ਉਹ ਸਾਰੇ ਆ ਵੀ ਗਏ ਜਮ੍ਹਾਂ ਹੋ ਕੇ ਦੇ 'ਚ ਆ ਲਿਖ ਕੇ, ਉਹ ਟੈਕਸ ਸਾਰੇ ਸਾਡੇ ਤੱਕ ਪਹੁੰਚ ਗਏ। ਜਿਹੜੇ ਸਾਡੇ ਫਾਇਦੇ ਦੀ ਗੱਲ ਸੀ ਉਹ ਇੱਕ ਵੀ ਸਾਡੇ ਤੱਕ ਨਹੀਂ ਪਹੁੰਚੀ। ਜਿਹੜਾ ਆਉਂਦਾ ਗੱਲ ਗਰੀਬਾਂ ਦੀ ਕਰਦਾ, ਅਤੇ ਫਿਰ ਹਲਾਲ ਵੀ ਗਰੀਬਾਂ ਨੂੰ ਕਰਦੇ ਆ। ਮੈਂ ਤਾਂ ਕਹਿੰਦਾ ਤੁਸੀਂ ਗਰੀਬਾਂ ਦਾ ਗਾਹ ਹੀ ਨਾ ਪਾਓ, ਖਬਰੇ ਸਾਨੂੰ ਇਸ ਧਰਤੀ 'ਤੇ ਇਹ ਰਹਿਣ ਦਾ ਟੈਕਸ ਲੈ ਰਹੇ ਵੀ ਸਾਡਾ ਸਾਹ ਲੈਣ ਦਾ ਟੈਕਸ ਲੈ ਰਹੇ ਆ, ਕਾਹਦਾ ਟੈਕਸ ਪਾਈ ਜਾਂਦੇ। ਹੁਣ ਬੰਦੇ ਵਿਚਾਰਿਆਂ ਦੀ ਬੱਸ ਹੋ ਗਈ ਬਿੱਲ ਦੇਖ ਕੇ, ਬੰਦਿਆਂ ਦੇ ਮੂੰਹ 'ਤੇ ਉੱਤੇ ਰੌਣਕ ਨਹੀਂ ਰਹੀ, ਇੰਨੇ ਔਖਿਆਂ ਕਰਤਾ ਇਹਨਾਂ ਨੇ ਬਿੱਲਾਂ ਨੇ। ਜਿਹੜੀ ਪਾਰਟੀ ਵੀ ਆਉਂਦੀ ਆ ਉਹ ਵੱਧ ਤੋਂ ਵੱਧ ਨਿਕਲਦੀ ਹੈ, ਇੱਕ ਨੂੰ ਦੇਖੀਦਾ ਦਿਨ ਗਿਣ ਕੇ ਉਂਗਲੀਆਂ 'ਤੇ ਕੱਢੀ ਦੇ ਆ ਵੀ ਕੋਈ ਅਗਲਾ ਚੰਗਾ ਆਊਗਾ, ਅਗਲਾ ਉਸ ਤੋਂ ਵੀ ਵਾਧੂ। ਇੱਥੇ ਉਹ ਹਿਸਾਬ ਆ, ਉਹ ਕੋਈ ਬੰਦਾ ਸੱਪ ਲਈ ਫਿਰੇ, ਕੋਈ ਜੋਗੀ ਸੱਪ ਵੇਚਦਾ ਫਿਰੇ, ਕਿਸੇ ਬੰਦੇ ਨੇ ਕਿਹਾ ਵੀ ਆ ਛੋਟੇ ਦਾ ਕੀ ਰੇਟ ਆ, ਉਹ ਕਹਿੰਦਾ ਵੀ 500 ਰੁਪਈਆ, ਕਹਿੰਦਾ ਤੇ ਵੱਡੇ ਦਾ ਕੀ ਰੇਟ, ਕਹਿੰਦਾ ਵੱਡਾ ਵੀ 500 ਦਾ। ਉਹ ਬੰਦਾ ਕਹਿਣ ਲੱਗਿਆ ਵੀ ਵੱਡਾ ਵੀ 500 ਦਾ, ਛੋਟਾ ਵੀ 500 ਦਾ, ਇਹ ਕੀ ਫਰਕ ਹੈ। ਉਹ ਕਹਿੰਦਾ ਵੀ ਦੇਖਣ ਨੂੰ ਤਾਂ ਸਾਈਜ਼ ਵੱਡਾ ਛੋਟਾ, ਜ਼ਹਿਰ ਦੋਵਾਂ 'ਚ ਇੱਕੋ ਜਿਹਾ।